ਵਿਖੋ ਨਾ ਇਹ ਹੁੰਦਾ ਹੈ ਕਿ ਇੱਕ ਮਤਲਬ ਮਿਸ਼ਨ ਤੇ ਟੁਰਨਾ ਫਿਰ ਉਹਨੂੰ ਮੁਕੰਮਲ ਕਰਨਾ ਫਿਰ ਅੱਗੇ ਵਧਣਾ ਇਹ ਮੀਡੀਆ ਤੇ ਵੀ ਦੋਸਤ ਸੁਣ ਰਹੇ ਨੇ ਮੈਂ ਤੇ ਇਹ ਕਵਾਂਗਾ ਕਿ ਜੇ ਤੁਹਾਡਾ ਕੰਮ ਐਸਾ ਹੈ ਨਾਰਮਲ ਜਿਹਾ ਹੈ ਔਰ ਬਹੁਤ ਉਹ ਪੱਕਾ ਸੈਂਪਰੇ ਵਾਲਾ ਕੰਟਰਾਕਟੋਂ ਨਹੀਂ ਤੇ ਭਾਈ ਉਹ ਕੰਮ ਛੱਡਣਾ ਵੀ ਪੈਂਦਾ ਛੱਡ ਕੇ ਵੀ ਪਤੰਤੇ ਜੀ ਕਰ ਸਕਦੇ ਹੋ ਤੇ ਕਰ ਲੋ ਯਕੀਨ ਕਰੋ ਤੁਸੀਂ ਅੱਗੇ ਨਿਕਲ ਜਾਓਗੇ ਉਹਨਾਂ ਲੋਕਾਂ ਨਾਲੋਂ ਜਿਹੜੇ ਕਿ ਉਹ ਕੰਮ 5 6 700 ਯੂਰੋ ਵਾਲੀ ਤਨਖਾਹ ਤੇ ਲੱਗੇ ਨੇ ਲੇਕਿਨ ਉਹ ਕੰਮ ਨੂੰ ਨਹੀਂ ਪੱਕਾ ਉਹਨਾਂ ਨੇ ਹੱਥ ਪਾਇਆ ਲੇਕਿਨ ਪਤੈਂਤੇ ਨਹੀਂ ਪੇ ਕਰਦੇ ਤੁਸੀਂ ਪਤੈਂਤੇ ਕਰੋ ਕੰਮ ਛੱਡ ਕੇ ਵੀ ਕਰੋ ਤੁਸੀਂ ਉਹਦੇ ਨਾਲ ਅੱਗੇ ਨਿਕਲ ਜਾਓਗੇ ਔਰ ਕਈ ਗੁਣ ਅੱਗੇ ਨਿਕਲ ਜਾਓਗੇ ਇੱਕ ਪਤੈਂਤੇ ਵਾਲੇ ਬੰਦੇ ਕੋਲ ਦਿਹਾੜੀ ਚ ਚਾਰ ਚਾਰ ਜਾਬਾਂ ਕਰ ਸਕਦਾ ਠੀਕ ਹੈ ਸਵੇਰ ਬ੍ਰੇਸ਼ੀਆ ਤੇ ਸ਼ਾਮ ਨੂੰ ਉਹ ਮਿਲਾਨ ਹੁੰਦਾ ਹੈ ਠੀਕ ਹੈ ਤੇ ਡਿਫਰੈਂਟ ਕਿਸਮ ਦੇ ਕੰਮ ਦੇ ਆਪਸ਼ਨ ਹੁੰਦੇ ਨੇ ਇਸ ਵਾਤੇ ਲਾਇਸੈਂਸ ਨੂੰ ਯਕੀਨੀ ਬਣਾਓ